ਅੱਛਾ ਬਹੁਤ ਬਜਾ ਲਿਆ ਅੱਛਾ ਠੀਕ ਹੈ ਜੀ ਹੁਣ ਸਾਡਾ ਮਾਮਾ ਜੀ ਕਿਹੜਾ ਘੱਟ ਨੇ ਨਾ ਸਾਡੀ ਮਾਮੀ ਜੀ ਘੱਟ ਹਾਂਜੀ ਹੁਣ ਨਾ ਸਾਡੇ ਚਾਚਾ ਜੀ ਘੱਟ ਕੀ ਬਾਤ ਦਾਰੂ ਬਜਾਤੇ ਹੀ ਪੀਂਦੇ ਆ ਮਰਜ਼ੀ ਕੱਢੀ ਹੁੰਦੀ ਆ ਹਾਂਜੀ 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 ਹੈਗੇ ਨੇ ਤੁਹਾਡਾ ਟਾਈਮ ਆ ਕਰੋ ਜੀ ਕਰੋ ਤੁਹਾਡਾ ਟਾਈਮ ਲੇਡੀਜ਼ ਲੇਡੀਜ਼ ਭੈਣ ਦਾ ਸੀਗਾ ਵਿਆਹ ਕਹਿੰਦੀ ਮੈਂ ਤਾਂ ਬਾਜ਼ਾਰ ਜਾਣਾਗਾ ਅੱਛਾ ਜੀ ਬਈ ਚਾਚੀ ਸਾਡੀ ਹਾਂਜੀ ਮਾਮੀ ਨੇ ਵੀ ਰੇਸ ਫੜ ਲਈ ਕਹਿੰਦੀ ਮੈਂ ਵੀ ਜਾਣਾਗਾ ਕੀ ਬਾਤ ਹੈ ਭਾਈ ਮਾਮਾ ਵੀ ਸਾਡਾ ਬਹੁਤ ਦਾਰੂ ਪੀਂਦਾ ਗਾ ਉਹ ਤਾਂ ਪੀਂਦੇ ਹੀ ਮਾਮੀ ਕਿਹੜਾ ਘੱਟ ਹੈ ਕਿੱਥੋਂ ਵਾਲੇ ਹਾਂਜੀ ਕੀ ਬਾਤ ਹੈ ਬਈ ਮਾਮੇ ਦੀ ਸੀਗੀ ਪੀਤੀ ਹੋਈ ਮਾਮੀ ਵਿਚਾਰੀ ਅੱਕ ਕੀ ਕਹਿੰਦੀ ਦੋ ਲੰਗੋੜੇ ਚੱਕੀ ਲਿਆਉਂਦਾ ਰੋਜ਼ ਕਹਿੰਦੀ ਮੈਨੂੰ ਭਾਂਡੇ ਮਾਂਜਣ ਨੂੰ ਕਹਿ ਦਿੰਦਾ ਗਾ ਮੈਂ ਨਾ ਤੇਰੇ ਭਾਂਡੇ ਮਾਂਜਣੇ ਨਾ ਮੈਂ ਤੇਰੀ ਗੋਲੀ ਵਤਾਇਓ ਸਿਰ ਚੜਿਆ ਭੈਣ ਬਰਾਬਰ ਬੋਲੀ 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 ਮਾਮਾ ਕਹਿੰਦਾ ਕੱਟ ਸੀ ਬਈ ਅੱਛਾ ਇਹਦੀ ਵੀ ਪੀਤੀ ਹੋਈ ਸੀ ਇੱਕ ਅੱਧਾ ਪੈਗ ਲੱਗਿਆ ਹੋਇਆ ਸੀ ਕਹਿੰਦਾ ਬੁਰਾ ਫਿਰ ਕੀ ਹੋਇਆ ਬਾਪੂ ਵਾਲਾ ਖੁੰਡਾ ਚੱਕ ਲਿਆ ਕੀ ਬਾਤ ਹੈ ਕਹਿੰਦਾ ਤੈਨੂੰ ਪੈਣੇ ਭਾਂਡੇ ਮਾਂਜਣੇ ਤੂੰਓ ਮੇਰੀ ਗੋਲੀ ਨਹੀਂ ਕਰ ਦੂ ਗੱਜ ਵਰਗੀ ਜੇ ਤੂੰ ਬਰਾਬਰ ਬੋਲੀ ਨਹੀਂ ਕਰ ਦੂ ਗੱਜ ਵਰਗੀ ਫੇਰ ਬਰਾਬਰ ਬੋਲੀ ਨਹੀਂ ਕਰ ਦੂ ਗੱਜ ਵਰਗੀ ਫੇਰ ਬਰਾਬਰ ਬੋਲੀ ਨਹੀਂ ਕਰ ਦੂ ਗੱਜ ਵਰਗੀ ਫੇਰ ਬਰਾਬਰ ਬੋਲੀ ਨਹੀਂ ਕਰ ਦੂ ਗੱਜ ਵਰਗੀ ਭਾਈ ਮਾਮੀ ਗਈ ਬਾਜ਼ਾਰ ਫੇਰ ਭਾਈ ਫਰੂਟ ਵਾਲੀ ਰੇੜੀ ਤੇ ਖੜ ਗਈ ਅੱਛਾ ਕੀ ਹੁੰਦੇ ਕੁੜੇ ਹੋ ਗੋਲ 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 ਗੱਪੇ ਤੇ ਨਹੀਂ ਮਰਨੇ ਆ ਲੂਜੇ ਅੱਛਾ ਖੱਟੇ ਹੁੰਦੇ ਆ ਅੱਛਾ ਜੀ ਭਾਈ ਮਾਮੀ ਨੇ ਇੱਕ ਖਾ ਲਿਆ ਹਾਂਜੀ ਇੱਕ ਖੱਟਾ ਭਾਈ ਨੂੰ ਕਹਿੰਦੇ ਵੀ ਕੀ ਰੇਟ ਆ ਕਹਿੰਦਾ 40 ਰੁਪਏ ਕਿਲੋ ਕੰਜੂਸ ਨਹੀਂ ਬਹੁਤ ਆਣਾ ਫਿਰ ਮਾਮੀ ਕਹਿੰਦਾ ਮੇਰੀ ਗੋਲ ਮੋਲ ਨਹੀਂ ਮੇਰਾ ਗੋਲ ਮੋਲ ਕੰਜਰੀ ਖਰਾਬ ਕਰ ਗਈ ਨਹੀਂ ਮੇਰਾ ਗੋਲ ਮੋਲ ਮੇਰਾ ਗੋਲ ਮੋਲ ਕੰਜਰੀ ਖਰਾਬ ਕਰ ਗਈ ਨਹੀਂ ਮੇਰਾ ਗੋਲ ਮੋਲ ਗੋਲ ਮੋਲ ਕੰਜਰੀ ਖਰਾਬ ਕਰ ਗਈ ਨਹੀਂ ਮੇਰਾ ਗੋਲ ਮੋਲ ਗੋਲ ਮੋਲ ਕੰਜਰੀ ਖਰਾਬ ਕਰ ਗਈ ਨਹੀਂ ਮੇਰਾ ਗੋਲ ਮੋਲ ਗੋਲ ਮੋਲ ਕੰਜਰੀ ਖਰਾਬ ਕਰ ਗਈ ਨਹੀਂ ਮੇਰਾ ਗੋਲ ਮੋਲ ਫਿਰ ਭਾਈ ਅੱਗੇ ਪਤਾ ਕੀ ਹੋਇਆ ਮਾਮੀ ਗਈ ਬਾਜ਼ਾਰ ਤੈਨੂੰ ਨਹੀਂ ਪਤਾ ਕੀ ਹੋਇਆ ਭਾਈ ਮਾਮੀ ਗਈ ਬਾਜ਼ਾਰ ਕੱਪੜੇ ਲੈਣ ਅੱਛਾ ਬਾੜੀਆਂ ਕਿਹੜਾ ਘੱਟ ਸੀਗਾ ਬਾੜੀਆਂ ਦੇ ਵੀ ਚਸ਼ਮਾ ਲੱਗਿਆ ਹੋਇਆ ਚੰਗੀ ਨਿਗਾਹ ਗੱਡੀ ਹੋਈ ਕਿਆ ਬਾਤ ਮਾਮਾ ਕਹਿੰਦਾ ਇੰਨਾ ਤਿਆਰ ਹੋ ਕੇ ਨਾ ਜਾ ਅੱਛਾ ਕਹਿੰਦਾ ਕੋਈ ਛੇੜ ਦੂਗਾ ਅੱਛਾ ਮਾਮੀ ਕਦੋਂ ਘੱਟ ਹੈ ਫਿਰ ਮਾਮੀ ਕਹਿੰਦਾ ਮਾਮਾ ਕਹਿੰਦਾ ਵੀ ਇੰਨਾ ਤਿਆਰ ਹੋ ਕੇ ਨਾ ਜਾ ਕੋਈ ਛੇੜ ਦੂਗਾ ਕੱਪੜੇ ਲੈਣ ਜਾਂਦੀ ਆ ਕਿਆ ਬੜਵਾਈ ਜਾਂਦੀ ਆ ਬੜਵਾਈ ਜਾਂਦੀ ਆ ਬੜਵਾਈ ਜਾਂਦੀ ਆ ਕੱਪੜੇ ਕਿਆ ਬਾਤ ਹੈ ਬਈ ਹੁਣ ਮਾਮੀ ਦਾ ਨਾਲਾ ਲੰਗਾ ਸੀ ਕਾਲੀ ਚ ਤਿਆਰ ਹੋ ਕੇ ਗਈ ਸੀਗੀ ਹਾਂਜੀ ਪਤਾ ਕੀ ਕਹਿੰਦਾ ਬਾਣੀਆਂ ਹਾਂਜੀ ਕੀ ਕਹਿੰਦਾ ਬਾ ਤੁਸੀਂ ਵੀ ਕੱਲੇ ਬੀਬਾ ਅਸੀਂ ਵੀ ਕੱਲੇ ਤੇਰੇ ਨਾਲੇ ਬੰਨੀ ਵੇਖ ਮੇਰੀ ਕਲਮ ਨਾ ਚੱਲੇ 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 ਓਏ ਗੱਲ ਇੱਥੇ ਹੀ ਨਹੀਂ ਮੁੱਕਦੀ ਫੇਰ ਬਈ ਸ਼ਾਮਾਂ ਪੈ ਗਈਆਂ ਮੁੱਕਣ ਦੇਣੀ ਵੀ ਨਹੀਂ ਬਈ ਮਾਮਾ ਕਹਿੰਦਾ ਮੈਂ ਤਾਂ ਜਾਣਾ ਅੱਛਾ ਤੇਰੇ ਦਿਨ ਵੀ ਕਹਿੰਦਾ ਮੈਂ ਤਾਂ ਲੇਟ ਹੋ ਜੂ ਤੂੰ ਤਾਂ ਹੋਣਾ ਆਉਣਾ ਕੀ ਬਾਤ ਬਈ ਮਾਮੀ ਆਈ ਸ਼ਾਮ ਨੂੰ ਹਾਂ ਸ਼ਾਮਾਂ ਬਹਿ ਗਈਆਂ ਸਾਰੀਆਂ ਬੱਸਾਂ ਲੰਘ ਗਈਆਂ ਅੱਛਾ ਇੱਕ ਬੱਸ ਰਹਿ ਗਈ ਬਈ ਉਹ ਵੀ ਟਪਾ ਲਈ ਮਾਮਾ ਤਾਂ ਆ ਗਿਆ ਘਰ ਨੂੰ ਅੱਛਾ ਇੱਕ ਰਹਿ ਗਿਆ ਕੀ ਕਹਿੰਦੇ ਉਹਨੂੰ ਪਿੰਡਾਂ 'ਚ ਪੀਲਾ ਪੂੰਡ ਅੱਛਾ ਪੀਲਾ ਪੂੰਡ ਰਹਿ ਗਿਆ 21 ਅੱਛਾ ਜੀ ਭਾਈ ਉਹ ਤਿੰਨ ਟਾਇਰ ਵਾਲਾ ਜਿਹੜਾ ਪੂੰਡ ਜਾ ਹੁੰਦਾ ਗਾ ਕਾਲਾ ਪੂੰਡ ਕੀ ਸੀਟ ਉਹਦੇ ਤੇ ਭੀੜ ਸੁੱਖਣਾ ਇੰਨੀ ਅੱਛਾ ਮਾਮੀ ਨੂੰ ਪਤਾ ਕੀ ਕਹਿੰਦਾ ਡਰਾਈਵਰ ਹਾਂ ਅਗਲੀ ਸੀਟ ਤੇ ਬੇਬੀ ਵੀ ਤੱਕਮ ਤੱਕਾ ਸਾ ਬੀਬੀ ਅਗਲੀ ਸੀਟ ਤੇ ਬੇਬੀ ਵੀ ਤੱਕਮ ਤੱਕਾ ਸਾ ਬੀਬੀ ਅਗਲੀ ਸੀਟ ਤੇ ਬੇਬੀ ਵੀ ਤੱਕਮ ਤੱਕਾ ਸਾ ਬੀਬੀ ਅਗਲੀ ਸੀਟ ਤੇ ਬੇਬੀ ਵੀ ਤੱਕਮ ਤੱਕਾ ਸਾ ਬੀਬੀ ਥੈਂਕ ਯੂ ਜੀ ਹੁਣ ਦੇਖੋ ਨਾਨਕਿਆਂ ਦੀ ਆ ਗਈ ਵਾਰੀ ਹੁਣ ਪਤਾ ਕੀ ਕਹਿੰਦੇ ਆ ਨਾਨਕੇ ਕੀ ਕਹਿੰਦੇ ਫਕੂਡੇ ਆਏ ਵਿਕਣੇ ਨਾਲੇ ਆਏ ਦੇਜ ਕੇ ਗੁੰਡਾ ਲੈ ਦੇਵੇ ਭੈਣੇ ਨੂੰ ਵੇਚ ਕੇ ਫਕੂਡੇ ਆਏ ਵਿਕਣੇ ਨਾਲੇ ਆਏ ਦੇਜ ਕੇ ਗੁੰਡਾ ਲੈ ਦੇਵੇ ਭੈਣੇ ਨੂੰ ਵੇਚ ਕੇ ਹੋ ਭੈਣੋ ਨਹੀਂ ਵਿਕਦੀ ਉਹ ਨਾਰ ਬਗਾਨੀ ਐਂਡ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐਂਡ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐਂਡ ਤੈਨੂੰ ਵੇਚੂਗਾ ਤੂੰ ਮੇਰੀ ਜਨਾਨੀ ਐਂਡ ਤੈਨੂੰ ਡਾਡਕੇ ਕਹਿਣ ਲੱਗੀਆਂ ਪਤਾ ਕੀ ਕਹਿੰਦੀਆਂ ਮੇਰੇ ਹਾਣੀਆਂ ਮੈਨੂੰ ਟਿਕਾ ਕਰਾ ਦੇ ਕੁੜਤਾ ਫਟ ਗਿਆ ਗੁੱਸੇ ਵਿੱਚ ਮੇਰਾ ਨੀ ਕੁੜਤਾ ਫਟ ਗਿਆ
ਕੋਲ ਦੀ ਮੇਰੀ ਸੀ ਕੁੱਟ ਪੀਤੀ ਰਾਖੇ ਤੋੜ ਗਈ ਯਾਰਾਂ ਨਾਲ ਪ੍ਰੀਤੀ ਲਾ